ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਦਾ ਸਟੈਲਰ ਨਿਊਜ਼ ਚੈਨਲ, ਜਾਣੀ ਕਿ ਤੁਹਾਡਾ ਆਪਣਾ ਚੈਨਲ। ਦੋਸਤੋ, ਅਸੀਂ ਲੈ ਕੇ ਹਾਜ਼ਰ ਹਾਂ ਪ੍ਰੀਤ ਗਰੇਵਾਲ ਪੋਡਕਾਸਟ ਦਾ ਦੂਜਾ ਐਪੀਸੋਡ। ਜਿਵੇਂ ਕਿ ਤੁਸੀਂ ਸਾਡਾ ਪਹਿਲਾ ਐਪੀਸੋਡ ਦੇਖਿਆ ਸੀਗਾ ਅਤੇ ਤੁਸੀਂ ਕਾਫੀ ਲਾਈਕ, ਸ਼ੇਅਰ, ਕਮੈਂਟ ਕੀਤਾ ਅਤੇ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ। ਤੁਹਾਡਾ ਇੱਕ ਇੱਕ ਲਾਈਕ, ਸ਼ੇਅਰ, ਕਮੈਂਟ ਸਾਡੇ ਲਈ ਦੁਆਵਾਂ ਵਾਂਗ ਕੰਮ ਕਰਦਾ। ਅਤੇ ਅੱਜ ਆਪਾਂ ਜਿਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦਾ ਨਾਂ ਹੈਗਾ ਜੀ ਮਨੀ ਨੰਦਾ ਚੌਰੀਆ। ਅਤੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਪੰਜਾਬ ਦਾ ਵਿਰਸਾ, ਯਾਨੀ ਕਿ ਲੋਕ ਨਾਚ ਭੰਗੜਾ ਅਤੇ ਗਿੱਧਾ। ਅਤੇ ਮਨੀ ਭਾਅ ਜੀ ਨੇ ਛੋਟੀ ਉਮਰ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ, ਭੰਗੜੇ ਦੇ ਵਿੱਚ ਆਪਣਾ ਇੱਕ ਅਲੱਗ ਨਾਮ ਬਣਾਇਆ। ਅਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਔਖਾ ਹੋਇਆ ਸੀ ਇਹਨਾਂ ਨੂੰ ਭੰਗੜੇ ਲਾਈਨ ਦੇ ਵਿੱਚ ਆਉਣਾ, ਅਤੇ ਕਿਵੇਂ ਇਹਨਾਂ ਨੇ ਆਪਣਾ ਨਾਮ ਬਣਾਇਆ, ਕਿਵੇਂ ਇਹਨਾਂ ਨੇ ਸਟਰਗਲ ਕਰਕੇ ਇੱਕ ਆਪਣਾ ਅਲੱਗ ਗਰੁੱਪ ਖੜਾ ਕਰਨਾ ਬਹੁਤ ਔਖਾ ਹੁੰਦਾ। ਅਤੇ ਉਹ ਆਪਾਂ ਗੱਲਬਾਤ ਕਰਦੇ ਹਾਂ ਮਨੀ ਭਾਅ ਜੀ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕਿਵੇਂ? ਠੀਕ ਠਾਕ? ਹਾਂਜੀ ਠੀਕ ਹੈ ਭਾਅ ਜੀ। ਚੜ੍ਹਦੀ ਕਲਾ ਦੀ ਭਾਅ ਜੀ? ਹਾਂਜੀ ਹਾਂਜੀ ਭਾਈ, ਚੜ੍ਹਦੀ। ਮਨੀ ਨੰਦਾ ਚੌਰੀਆ, ਹਾਂਜੀ ਹਾਂਜੀ, ਭੰਗੜੇ ਦੀ ਦੁਨੀਆ ਦਾ ਇੱਕ ਬਹੁਤ ਵੱਡਾ ਨਾਂ। ਹਾਂਜੀ ਹਾਂਜੀ। ਤੇ ਸਟਾਰਟਿੰਗ ਤਾਂ ਬਹੁਤ ਔਖੀ ਹੋਈ ਹੋਣੀ ਆ, ਕੁਝ ਦੱਸੋ ਇਹਦੇ ਬਾਰੇ ਕਿ ਸਟਾਰਟਿੰਗ ਕਿਵੇਂ ਹੋਈ ਸੀ? ਭਾਜੀ, ਸਟਾਰਟਿੰਗ ਤੇ ਮੈਂ ਜਾਂਦਾ ਸੀ ਆਪਣੇ ਡੀਜੇ ਵਾਲਿਆਂ ਦੇ ਨਾਲ। ਅੱਛਾ ਜੀ। ਹਾਂਜੀ, ਡੀਜੇ ਵਾਲਿਆਂ ਦੇ ਨਾਲ ਜਾਣਾ, ਕੰਮ ਕਰਨਾ ਉਹਨਾਂ ਦੇ ਨਾਲ, ਉਹਨਾਂ ਨਾਲ ਡੀਜੇ ਚਕਾਉਣਾ, ਫਿਰ ਸ਼ਾਮ ਨੂੰ ਰਾਤ ਨੂੰ 12-1 ਵਜੇ ਘਰੇ ਵੜਨਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿੱਦਾਂ ਗਰੁੱਪ ਸੱਦਦੇ ਸੀ ਭੰਗੜੇ ਦਾ, ਉਹਨਾਂ ਨਾਲ ਦੇਖਣਾ ਕਿ ਭੰਗੜਾ ਪਾਉਂਦੇ ਮੈਨੂੰ। ਉਸ ਤੋਂ ਬਾਅਦ ਉਹਦਾ ਸ਼ੌਂਕ ਉੱਠ ਗਿਆ ਭੰਗੜੇ ਦਾ। ਅੱਛਾ ਜੀ। ਤਾਂ ਫਿਰ ਮੈਂ ਪੈਲਸ 'ਚ ਵੀ ਜਾਂਦਾ ਰਿਹਾ, ਫਿਰ ਕਿਸੇ ਦੇ ਨਾਲ ਅਟੈਚਮੈਂਟ ਹੋਈ ਮੇਰੀ, ਫਿਰ ਉਹਨਾਂ ਨੇ ਮੈਨੂੰ ਸਿਖਾਇਆ। ਮੇਰਾ ਉਸਤਾਦ ਜੀ ਆ ਇੱਥੋਂ ਹੀ, ਲੋਕਲ ਹੀ ਉਸਤਾਦ ਜੀ ਮੇਰੇ, ਉਹਨਾਂ ਦਾ ਮਹਾਰਾਜ ਆ ਜੀ। ਅੱਛਾ ਜੀ। ਹਾਂਜੀ, ਉਹਨਾਂ ਨੇ ਸਿਖਾਇਆ ਮੈਨੂੰ, ਇਸ ਲਾਈਨ ਦੇ ਵਿੱਚ ਪਾਇਆ। ਮੈਂ ਉਹਨਾਂ ਦਾ ਵੀ ਸ਼ੁਕਰ ਗੁਜ਼ਾਰ ਰਿਹਾ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਇਆ, ਉਹਨਾਂ ਦੀ ਬਦੌਲਤ ਅੱਜ ਮੈਂ ਬਹੁਤ ਕੁਛ ਬਣਾਇਆ ਆ ਇਸ ਲਾਈਨ ਤੋਂ। ਹਾਂਜੀ। ਕਿਹੜੀ ਕਲਾਸ ਤੋਂ ਜਾਂ ਕਿਹੜੀ ਉਮਰ ਤੋਂ ਭਾਈ ਸਿੱਖਣਾ ਸ਼ੁਰੂ ਕਰ ਦਿੱਤਾ ਸੀਗਾ? ਮੈਂ ਸਰ 8ਵੀਂ ਕਲਾਸ ਤੋਂ ਸ਼ੁਰੂ ਕਰ ਦਿੱਤਾ ਸੀਗਾ। ਅੱਛਾ। 8ਵੀਂ, 9ਵੀਂ, 10ਵੀਂ ਵੀ, 10ਵੀਂ ਪੜ੍ਹਿਆ ਮੈਂ। ਫਿਰ ਮੈਂ ਜਾਣਾ ਭੰਗੜਾ ਪਾਉਣ, ਸਕੂਲੇ ਘੱਟ ਜਾਣ ਲੱਗ ਪਿਆ, ਫਿਰ ਇਸ ਲੈਣ ਨਾਲ ਧਿਆਨ ਹੋ ਗਿਆ ਮੇਰਾ। ਅੱਛਾ ਜੀ। ਫਿਰ ਉੱਧਰ ਜਾਣ ਲੱਗ ਪਿਆ, ਫਿਰ ਜੋ ਸਾਡੇ ਮਾਸਟਰ ਸੀਗੇ ਉਹਨਾਂ ਨੇ ਬੱਚਿਆਂ ਨੂੰ ਭੇਜਣਾ, ਜਾ ਲੈ ਕੇ ਆਓ ਮਣੀ ਨੂੰ, ਕਿੱਥੇ ਉਹ ਅੱਜ ਆਇਆ ਨਹੀਂ ਸਕੂਲੇ, ਮੈਂ ਭੰਗੜਾ ਪਾਉਣ ਗਿਆ ਹੁਣ। ਤਾਂ ਫਿਰ ਉਹਨਾਂ ਨੇ ਮੈਨੂੰ ਫੋਨ ਕਰਨਾ ਕਿ ਇੱਦਾਂ ਇੱਦਾਂ ਸਰ ਬੁਲਾ ਰਹੇ ਆ ਤੁਹਾਨੂੰ, ਤੁਸੀਂ ਆਵੋ। ਫਿਰ ਮੈਂ ਜਾਣਾ, ਫਿਰ ਸਰ ਨੇ ਮੈਨੂੰ ਬੋਲਣਾ ਤੂੰ ਭੰਗੜਾ ਪਾਉਣ ਚੱਲ ਜਾਂਦਾ ਆ, ਪੜ੍ਹਨਾ ਵੀ ਆ, ਪੇਪਰ ਵੀ ਆ ਤੇਰੇ, ਇੱਦਾਂ ਇੱਦਾਂ। ਹਾਂਜੀ ਠੀਕ ਆ। ਤਾਂ ਫਿਰ ਮੈਂ ਜਾਣਾ, ਫਿਰ ਸਾਰਾ ਕਹਿਣਾ ਭੰਗੜਾ ਤੂੰ ਤੂੰ ਪਾਈ ਜਾਂਦਾ, ਵਿਆਹ ਕਿਸੇ ਦਾ ਆ? ਮੈਂ ਕਿਹਾ ਸਰ ਜੀ ਉਹਦਾ ਕੋਈ ਨਹੀਂ ਜੀ। ਅੱਛਾ ਜੀ। ਹਾਂਜੀ। ਦੇ ਸਕੂਲ ਦੇ ਵਿੱਚ ਜਿਹੜੇ ਆਪਣੇ ਫੰਕਸ਼ਨ ਹੁੰਦੇ ਸੀ ਉਹਦੇ ਵਿੱਚ ਵੀ ਪਾਰਟਿਸਪੇਟ ਕਰਦੇ? ਹਾਂਜੀ ਹਾਂਜੀ ਸਰ, ਉੱਥੇ ਵੀ ਕਰਦੇ ਰਹੇ ਹਾਂ, ਮੇਲੇ ਹੋਣੇ ਆ ਜੋ ਪਿੰਡ ਦੇ ਲਾਗੇ ਛਾਗੇ ਮੇਲੇ ਹੋਣੇ ਆ, ਫਿਰ ਉੱਥੇ ਵੀ ਜਾਣਾ, ਉੱਥੇ ਵੀ ਟਾਈਮ ਲੈਣਾ ਉਹਨਾਂ ਕੋਲ, ਮੰਗ ਕੇ ਟਾਈਮ ਲੈਣਾ, ਸਰ ਜੀ ਅਸੀਂ ਇੱਦਾਂ ਗਰੁੱਪ ਲਿਆ, ਆਪਣਾ ਗਰੁੱਪ ਆ ਮੁੰਡਿਆਂ ਦਾ, ਭੰਗੜਾ ਪਾਉਣਾ ਆ ਜੀ, ਸਾਨੂੰ ਟਾਈਮ ਦਿਓ। ਉਹਨਾਂ ਨੇ ਸਾਨੂੰ 10-20 ਅੱਧੇ ਘੰਟੇ ਦਾ ਟਾਈਮ ਦੇਣਾ, ਫਿਰ ਅਸੀਂ ਉੱਥੇ ਭੰਗੜਾ ਪਾਉਣਾ। ਸ਼ੁਰੂਆਤ ਇਹਦੇ ਸ਼ੌਂਕੀ ਤੌਰ ਨਾਲ ਕੀਤੀ ਕਿ ਸ਼ੌਂਕ ਆ ਭੰਗੜੇ ਦਾ? ਹਾਂਜੀ। ਅਤੇ ਇਹ ਕਦੋਂ ਵਿਚਾਰ ਕੀਤਾ ਕਿ ਇਸ ਨੂੰ ਹੀ ਆਪਣਾ ਕਿੱਤਾ ਬਣਾ ਲੈਣਾ? ਫਿਰ ਦੇਖੋ ਜੀ, ਹੁਣ ਆਪਾਂ ਮੈਂ ਗਿਆ ਵੀ ਪਹਿਲਾਂ ਡਾਕਟਰੀ ਲਾਈਨ 'ਚ ਵੀ ਗਿਆ ਮੈਂ। ਅੱਛਾ। ਉੱਥੇ ਵੀ ਟਾਈਮ ਬਿਤਾਇਆ, ਫਿਰ ਬਾਹਰ ਵੀ ਗਿਆ ਮੈਂ, ਨਹੀਂ ਉੱਥੇ ਨਹੀਂ ਮਨ ਬਣਿਆ, ਫਿਰ ਇਸ ਲਾਈਨ ਦੇ ਵਿੱਚ ਹੀ ਬਣਿਆ ਮੇਰਾ। ਇਸ ਲਾਈਨ ਤੋਂ ਮੈਂ ਫਿਰ ਬਹੁਤ ਕੁਛ ਬਣਾਇਆ, ਇਸ ਲਾਈਨ ਦੇ ਵਿੱਚ ਹੀ ਮੇਰਾ ਸਾਰਾ ਕੁਛ ਬਣਿਆ ਜੀ। ਤਾਂ ਇਸ ਨੂੰ ਸ਼ੌਂਕ ਵੀ ਆ ਮੇਰਾ, ਰੋਟੀ ਵੀ ਆ ਮੇਰੀ ਜੀ, ਇਹਨਾਂ ਦੇ ਸਿਰ 'ਤੇ ਹੀ ਮੈਂ ਸਾਰਾ ਕੁਛ ਕਰ ਰਿਹਾ ਜੀ। ਅੱਛਾ ਜੀ। ਹਾਂਜੀ। ਅਤੇ ਗੱਲ ਕੀਤੀ ਸੀਗੀ ਕਿ ਬਾਹਰ ਵੀ ਗਏ ਸੀਗੇ, ਡਾਕਟਰੀ ਲਾਈਨ ਵਿੱਚ ਵੀ ਗਏ ਸੀਗੇ? ਹਾਂਜੀ। ਇਹ ਤੁਸੀਂ ਆਪ ਗਏ ਸੀ ਜਾਂ ਫੈਮਿਲੀ ਵੱਲੋਂ ਕਿਵੇਂ ਫੋਰਸ ਕੀਤਾ ਗਿਆ ਸੀਗਾ? ਫੈਮਿਲੀ ਵੱਲੋਂ ਹੀ ਫੋਰਸ ਕੀਤਾ ਗਿਆ ਸੀ ਮੈਨੂੰ। ਅੱਛਾ ਜੀ। ਫੈਮਿਲੀ ਨੇ ਭੇਜਿਆ ਸੀ ਬਾਹਰ ਪੈਸੇ ਲਾ ਕੇ, ਤਾਂ ਫਿਰ ਮੈਂ ਉੱਥੇ ਵੀ 2 ਮਹੀਨੇ ਰਿਹਾ। ਅੱਛਾ ਜੀ। ਉੱਥੋਂ ਮੈਂ ਆ ਗਿਆ, ਫਿਰ ਡਾਕਟਰੀ ਲਾਈਨ 'ਚ ਗਿਆ, ਮੇਰੀ ਮਾਸੀ ਜੀ ਦੇ ਲੜਕਾ ਹੀ ਆ। ਅੱਛਾ ਜੀ। ਉਹਨਾਂ ਦਾ ਬਹੁਤ ਵੱਡਾ ਹੋਸਪਿਟਲ ਹੈ, ਫਲੋਰ ਰਾਮਾ ਹੋਸਪਿਟਲ।
ਹੱਡੀਆਂ ਦਾ, ਮੈਂ ਉੱਥੇ ਵੀ ਗਿਆ 2 ਮਹੀਨੇ, ਉੱਥੇ ਹੀ 2 ਮਹੀਨੇ ਰਿਹਾ, ਫਿਰ ਉੱਥੋਂ ਮੈਂ ਚੋਰੀ ਨੱਠਾਇਆ ਜੀ। ਅੱਛਾ ਜੀ। ਹਾਂਜੀ, ਉੱਥੋਂ ਮੈਂ ਬੱਸੇ ਚੜ੍ਹ ਕੇ ਚੋਰੀ ਨੱਠਾਇਆ ਘਰੇ, ਕਿ ਮੈਂ ਕੰਮ ਹੀ ਨਹੀਂ ਇਹ ਕਰਨਾ, ਮੈਂ ਕਰਨਾ ਹੀ ਭੰਗੜੇ ਦਾ। ਅੱਛਾ, ਠੀਕ ਆ। ਜਦੋਂ ਘਰੇ ਗੱਲ ਕੀਤੀ ਹੋਣੀ, ਪਹਿਲਾਂ ਤਾਂ ਘਰ ਦੇ ਕਹਿੰਦੇ ਹੋਣੇ ਆ ਕਿ ਐਜ਼ ਏ ਸ਼ੌਂਕੀਆ ਤੌਰ ਤੇ ਕਰਦਾ, ਚੱਲ ਮੁੰਡਾ ਕਰਦਾ ਕਰੀ ਜਾਵੇ। ਹਾਂਜੀ ਹਾਂਜੀ, ਇਹੀ ਗੱਲ ਹੋਈ ਸੀਗੀ। ਇਹ ਫਾਦਰ ਸਾਹਿਬ ਵੀ ਕਹਿੰਦੇ ਕਿਹੜੇ ਕੰਮੀ ਪਿਆ ਤੂੰ, ਕੋਈ ਗੱਲ ਨਹੀਂ ਜੀ, ਪਾਉਣਾ ਥੋੜਾ ਚਿਰ ਪਾ ਲਾ, ਉਸ ਤੋਂ ਬਾਅਦ ਤੂੰ ਬਾਹਰ ਜਾ ਜਾਂ ਕੋਈ ਨੌਕਰੀ ਕਰ, ਕੋਈ ਪੜ੍ਹ ਵਧੀਆ ਲਿਖ, ਫਿਰ ਤੂੰ ਵਧੀਆ ਬਣਾ ਨਾ। ਤਾਂ ਪਰ ਫਿਰ ਵੀ ਮੇਰੀ ਇਸ ਦੇ ਇੱਧਰ ਹੀ ਸੀ ਧਿਆਨ ਮੇਰਾ, ਕਿ ਮੈਂ ਪਾਉਣਾ ਹੀ ਭੰਗੜਾ ਜੀ, ਮੈਂ ਪਾਉਣਾ ਹੀ ਭੰਗੜਾ। ਪਰ ਜਦੋਂ ਘਰੇ ਦੱਸਿਆ ਕਿ ਬਾਈ ਮੈਂ ਹੋਰ ਕੁਛ ਨਹੀਂ ਕਰਨਾ, ਸਾਰੀ ਉਮਰ ਭੰਗੜਾ ਹੀ ਪਾਉਣਾ, ਤੇ ਉਦੋਂ ਫੈਮਿਲੀ ਦਾ ਕੀ ਰਿਐਕਸ਼ਨ ਸੀਗਾ? ਉਹ ਤਾਂ ਬਹੁਤ ਕੁਛ ਬੋਲਦੇ ਸੀਗੇ ਜੀ ਮੈਨੂੰ, ਫੈਮਿਲੀ ਮੰਮੀ ਡੈਡੀ ਬੋਲਦੇ ਸੀਗੇ, ਉਹ ਕਹਿੰਦੇ ਨਹੀਂ ਤੂੰ ਜਿੰਨਾ ਚ ਉੱਦਾਂ ਪਾ ਲਾ, ਕਿਤੇ ਕਿਤੇ ਪਾਲਿਆ ਕਰ, ਪਰ ਨਹੀਂ ਤੂੰ ਕੋਈ ਪੜ੍ਹ ਲਿਖ, ਤੈਨੂੰ ਅਫਸਰ ਬਣਾਵਾਂਗੇ ਕੋਈ, ਪੁਲਿਸ 'ਚ ਭਰਤੀ ਹੋ। ਪੁਲਿਸ ਦੀ ਭਰਤੀ ਵੀ ਮੈਂ ਦੇਖਣ ਗਿਆ, ਉੱਥੇ ਵੀ ਮੈਂ ਟਰਾਇਲ ਦੇਣ ਗਿਆ, ਉੱਥੇ ਟਰਾਇਲ ਦਿੱਤਾ ਨਹੀਂ ਪਰ ਮੈਂ ਦੌੜਨ ਗਿਆ, ਮੈਂ ਉੱਦਾਂ ਹੀ ਘਰਦਿਆਂ ਨੂੰ ਕਹਿ ਦਿੱਤਾ ਮੈਂ ਡਿੱਗ ਪਿਆ ਜੀ, ਮੈਂ ਸਿਲੈਕਟ ਨਹੀਂ ਹੋਇਆ, ਮੈਂ ਵਾਪਸ ਆ ਗਿਆ। ਅੱਛਾ। ਹਾਂਜੀ। ਹੁਣੇ ਹੁਣੇ ਤੁਸੀਂ ਆਪਣੇ ਗੁਰੂ ਜੀ ਦਾ ਜ਼ਿਕਰ ਕੀਤਾ, ਮਹਾਰਾਜ ਜੀ ਦਾ, ਹਾਂਜੀ, ਤੇ ਉਹਨਾਂ ਨੂੰ ਕਿੱਥੇ ਭੰਗੜਾ ਪਾਉਣ ਦੇਖਿਆ ਸੀ ਜਾਂ ਕਿੱਦਾਂ ਉਹਨਾਂ ਤੁਹਾਡੀ ਮੁਲਾਕਾਤ ਹੋਈ ਸੀਗੀ? ਉਹਨਾਂ ਦੇ ਨਾਲ ਮੁਲਾਕਾਤ ਦੇਖੋ ਜੀ ਇੱਦਾਂ ਨਾ, ਇੱਕ ਪੈਲਸ ਦੇ ਵਿੱਚ ਹੋਈ ਸੀਗੀ। ਅੱਛਾ। ਤਾਂ ਉੱਥੇ ਮੈਂ ਉਹਨਾਂ ਨੂੰ ਦੇਖਿਆ ਸੀ, ਤਾਂ ਫਿਰ ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਆ ਜੀ, ਤਾਂ ਕੋਈ ਗੱਲ ਨਹੀਂ ਤੈਨੂੰ ਸਿਖਾ ਦਾਂਗੇ। ਉਹਨਾਂ ਨੇ ਸਾਨੂੰ 2-4 ਸਟੈਪ ਦੱਸਣੇ, ਉਹਨਾਂ ਨੇ ਫਿਰ ਚੱਲ ਜਾਣਾ ਪ੍ਰੋਗਰਾਮ ਤੇ, ਤਾਂ ਅਸੀਂ ਉਹਨਾਂ ਦੇ ਸ਼ਾਮ ਨੂੰ ਆਉਂਦਿਆਂ 1-2 ਸਟੈਪ ਕਲੀਅਰ ਕਰ ਲੈਣੇ, ਉਹ ਫਿਰ ਦੂਜੇ ਦਿਨ ਉਹਨਾਂ ਨੇ ਹੋਰ ਉਹ ਕਲੀਅਰ ਕਰਕੇ ਉਹ ਦੱਸਣੇ, ਫਿਰ ਗਾਂਹ ਦੱਸ ਦੇਣੇ, ਫਿਰ ਅਸੀਂ ਉਹ ਕਰਨੇ ਪੂਰੇ। ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਸ ਲਾਈਨ ਦੇ ਵਿੱਚ ਫਿਰ ਪਾ ਤਾ। ਅੱਛਾ। ਹਾਂਜੀ, ਉਹਨਾਂ ਦੀ ਬਦੌਲਤੀ ਅਸੀਂ ਪਏ ਹਾਂ, ਉਹਨਾਂ ਦੀ ਬਦੌਲਤੀ ਅਸੀਂ ਇੱਥੇ ਬੈਠੇ ਹਾਂ ਜੀ ਆਪਾਂ। ਅੱਛਾ। ਹਾਂਜੀ ਭਾਜੀ, ਪਹਿਲਾਂ ਤਾਂ ਆਪਾਂ ਇਹਦੇ ਸ਼ੌਂਕੀਆ ਤੌਰ ਲੈ ਕੇ ਚੱਲੇ ਸੀਗੇ। ਹਾਂਜੀ ਹਾਂਜੀ। ਬਾਅਦ 'ਚੋਂ ਉਹਨੂੰ ਕਿੱਤਾ ਬਣਾ ਲਿਆ। ਹਾਂਜੀ। ਫਿਰ ਬੰਦਾ ਇਹ ਸੋਚਦਾ ਕਿ ਯਾਰ ਚੱਲ ਹੁਣ ਮੈਂ ਕਰਨ ਲੱਗ ਗਿਆ, ਵਧੀਆ ਕਰਨ ਲੱਗ ਗਿਆ, ਪਰਫਾਰਮੈਂਸ ਥੋੜ੍ਹੇ ਬਹੁਤੇ ਪੈਸੇ ਮਿਲਣ ਲੱਗ ਜਾਣ। ਹਾਂਜੀ। ਹੈ ਨਾ, ਅਤੇ ਯਾਦ ਆ ਕਿ ਪਹਿਲੇ ਪੈਸੇ ਕਿੰਨੇ ਮਿਲੇ ਸੀ ਇਸ ਲਾਈਨ 'ਚੋਂ? ਯਾਦ ਆ ਜੀ, ਪਹਿਲੇ ਪੈਸੇ ਮਿਲੇ ਸੀ ਮੈਨੂੰ 300 ਰੁਪਈਆ ਜੀ। ਅੱਛਾ ਜੀ। 300 ਰੁਪਈਆ ਮੈਨੂੰ ਮਿਲਿਆ ਸੀਗਾ, ਤਾਂ ਉਹ ਹੀ ਮੈਨੂੰ ਉਨੇ ਹੀ ਬਹੁਤ ਸੀ, ਮੈਂ ਖੁਸ਼ੀ ਮਿਲੀ, ਮੈਂ 300 ਰੁਪਈਆ ਲਿਆ। ਮੈਂ ਪਹਿਲਾ ਪ੍ਰੋਗਰਾਮ ਵੀ ਹੁਸ਼ਿਆਰਪੁਰ ਹੀ ਲਾਇਆ ਸੀ। ਅੱਛਾ ਜੀ। ਗ੍ਰੀਨ ਫੀਲਡ ਦੇ ਵਿੱਚ। ਅੱਛਾ। ਮੈਨੂੰ ਚੇਤੇ ਆ ਜੀ, ਮੈਂ ਉਦੋਂ ਨਾ ਜਿਨ੍ਹਾਂ ਦੇ ਨਾਲ ਮੈਂ ਭੰਗੜਾ ਪਾਉਣ ਗਿਆ ਉਹਨਾਂ ਦੇ ਨਾਲ ਰਹਿਸਲ ਵਗੈਰਾ ਕੀਤੀ, ਫਿਰ ਮੈਂ ਮਗਰ ਉਹਨਾਂ ਦੇ ਨਾਲ ਪਾਉਂਦਾ ਰਿਹਾ, ਕਿਤੇ ਉਹਨਾਂ ਦਾ ਮੁੰਡਾ ਕੋਈ ਛੁੱਟੀ ਕਰ ਗਿਆ, ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ, ਕਹਿੰਦੇ ਮਣੀ ਕਿੱਥੇ ਆ? ਮੈਂ ਕਿਹਾ ਭਾਜੀ ਮੈਂ ਹੈਗਾ ਘਰੇ। ਕਹਿੰਦੇ ਤੂੰ ਆ ਸਕਦਾ ਆ ਹੁਸ਼ਿਆਰਪੁਰ, ਤੇਰੇ ਪ੍ਰੋਗਰਾਮ ਆ? ਮੈਂ ਕਿਹਾ ਹਾਂਜੀ ਆ ਸਕਦਾ ਆ। ਤਾਂ ਉਦੋਂ ਕਹਿੰਦੇ ਚਲੋ ਆਪਣੀ ਨਾ ਜੁੱਤੀ ਲੈ ਆਈ, ਜਿਹੜੇ ਪੰਜਾਬੀ ਜੁੱਤੀ ਕਹਿੰਦੇ ਆ, ਕਹਿੰਦੇ ਉਹ ਆਪਣੀ ਲੈ ਆਈ। ਮੈਨੂੰ ਬੜਾ ਚਾਅ ਹੋਣਾ, ਮੈਂ ਚੱਕੀ ਜੁੱਤੀ ਲਿਫਾਫੇ ਵਿੱਚ ਪਾਈ, ਮੈਂ ਬੱਸੇ ਚੜਿਆ ਹੁਸ਼ਿਆਰਪੁਰ ਪਹੁੰਚ ਗਿਆ। ਉਹਨਾਂ ਨੇ ਮੈਨੂੰ ਦੱਸਿਆ ਤੂੰ ਪਾ ਲੂੰਗਾ ਭੰਗੜਾ? ਮੈਂ ਕਿਹਾ ਹਾਂਜੀ ਪਾ ਲੂੰਗਾ ਭਾਜੀ, ਮੈਂ ਪਾ ਲੂੰਗਾ। ਕਹਿੰਦੇ ਡਰਨਾ ਨਹੀਂ, ਤੂੰ ਪਾਉਣਾ ਆ ਨਾ? ਮੈਂ ਕਿਹਾ ਹਾਂਜੀ ਪਾਉਣਾ ਜੀ, ਮੈਨੂੰ ਸ਼ੌਂਕ ਬਹੁਤ ਆ। ਮੈਂ ਉਹਨਾਂ ਦੇ ਨਾਲ ਭੰਗੜਾ ਪਾਇਆ, ਤਾਂ ਭੰਗੜਾ ਪਾਉਂਦੇ ਪਾਉਂਦੇ ਮੈਂ ਸਟੈਪ ਭੁੱਲ ਗਿਆ 1-2। ਅੱਛਾ। ਤਾਂ ਉਹਨਾਂ ਨੇ ਜਦੋਂ ਗਾਣਾ ਖਤਮ ਹੋਇਆ, ਉਹਨਾਂ ਨੇ ਮੇਰੇ ਨਾ ਜੁੱਤੀ ਆਪਣੀ ਲਾ ਕੇ ਮੇਰੇ ਮਾਰੀ। ਅੱਛਾ ਜੀ। ਹਾਂਜੀ, ਉਹ ਵੀ ਮੈਨੂੰ ਚੇਤੇ ਆ ਜੀ ਅੱਜ, ਤਾਂ ਉਹੀ ਜੁੱਤੀ ਵੀ ਖਾਧੀ ਹੋਈ ਆ, ਤਾਂ ਅੱਜ ਇੱਥੇ ਤੱਕ ਮੈਂ ਪਹੁੰਚਾ ਹਾਂ ਜੀ। ਸਟਾਰਟਿੰਗ ਕੀਤੀ ਸੀ ਪਿੱਛੇ ਭੰਗੜਾ ਪਾਉਣ ਤੋਂ। ਹਾਂਜੀ। ਹੁਣ ਮੈਂ ਆਏ ਦਿਨ ਤੁਹਾਡੀਆਂ ਇੰਸਟਾਗ੍ਰਾਮ ਤੇ ਰੀਲਾਂ ਦੇਖਦਾ ਰਹਿਣਾ, ਤੁਸੀਂ ਮੇਨ ਤੇ ਨੱਚਦੇ ਹੋ। ਹਾਂਜੀ ਹਾਂਜੀ। ਕਦਮ ਤਾਂ 3-4 ਹੀ ਹੁੰਦੇ ਨੇ ਪਿੱਛੋਂ ਮੂਹਰੇ ਤੱਕ ਜਾਣਾ। ਹਾਂਜੀ ਹਾਂਜੀ। ਪਰ ਉਹ ਟਾਈਮ ਬਹੁਤ ਲੱਗ ਜਾਂਦਾ। ਹਾਂਜੀ। ਉਹਦੇ ਪਿੱਛੇ ਦੀ ਕਹਾਣੀ ਕੀ ਹੈ ਭਾਜੀ? ਮੈਂ ਪਹਿਲਾਂ ਮਗਰ ਭੰਗੜਾ ਪਾਉਂਦਾ ਸੀ ਜੀ, ਪੱਗ ਦੇ ਵਿੱਚ, ਪੱਗ ਬੰਨਦਾ ਹੁੰਦਾ ਸੀਗਾ, ਪੱਗ ਬੰਨ ਕੇ ਮੈਂ 7-8 ਸਾਲ ਭੰਗੜਾ ਪਾਇਆ। ਅੱਛਾ ਜੀ। ਉਸ ਤੋਂ ਬਾਅਦ ਮੈਨੂੰ ਚਾਹ ਹੋਇਆ ਮੇਨ ਤੇ ਆਉਣ ਦਾ, ਵਾਲ ਖੜੇ ਕਰਕੇ ਐਨ ਡਰੈਸ ਵਧੀਆ ਪਾ ਕੇ ਮੈਂ ਭੰਗੜਾ ਪਾਉਣਾ ਆ। ਫਿਰ ਮੈਨੂੰ ਮੇਰਾ ਯਾਰ ਦੋਸਤ ਸੀਗਾ, ਉਹਨਾਂ ਨੇ ਮੈਨੂੰ ਫਿਰ ਥੋੜ੍ਹਾ ਜਿਹਾ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਮੋਹਰੇ ਆਉਣਾ ਭੰਗੜਾ ਮੇਨ 'ਤੇ ਪਾਉਣਾ ਆ, ਤਾਂ ਮੋਡਲਿੰਗ ਜਿੱਦਾਂ ਮੋਡਲ ਹੁੰਦੇ ਆ ਉਸ ਹਿਸਾਬ ਨਾਲ
ਉਹ ਕਹਿੰਦੇ ਆ ਜਾਓ ਕੋਈ ਗੱਲ ਨਹੀਂ। ਉਹਨਾਂ ਨੇ ਫਿਰ ਮੈਨੂੰ ਦੱਸਿਆ ਹੌਲੀ ਹੌਲੀ, ਫਿਰ ਮੈਂ ਹੌਲੀ ਹੌਲੀ ਭੰਗੜਾ ਪਾਉਣ ਲੱਗ ਪਿਆ ਮੋਹਰੇ। ਤਾਂ ਅੱਜ ਵਧੀਆ ਨਾਂ ਆ ਆਪਣਾ, ਸਾਰੇ ਆਪਾਂ ਨੂੰ ਪਿਆਰ ਕਰਦੇ ਆ ਬਈ ਜੀ, ਆਪਣੀ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਨਹੀਂ ਆਪਾਂ ਨੂੰ ਜਾਣਦਾ, ਸਾਰੇ ਜਾਣਦੇ ਆ ਜੀ, ਮਣੀ ਨੰਦਾ ਚੋਰੀ ਦੇ ਨਾਂ ਤੇ ਜਾਣਦੇ ਮੈਨੂੰ। ਹਾਂਜੀ ਹਾਂਜੀ, ਗੱਲ ਚੱਲੀ ਮਾਡਲਿੰਗ ਦੀ। ਹਾਂਜੀ, ਅਸੀਂ ਆਏ ਦਿਨ ਦੇਖਦੇ ਹਾਂ ਕਿ ਇੱਕ ਦੋ ਰੀਲਾਂ ਵਾਇਰਲ ਹੁੰਦੀਆਂ ਆ, ਤੇ ਇੱਕ ਦੋ ਮਹੀਨੇ ਬਾਅਦ ਹੀ ਬੰਦਾ ਉਹ ਕਿਸੇ ਨਾ ਕਿਸੇ ਗਾਣੇ ਦੇ ਵਿੱਚ ਜਾਂ ਫਿਲਮ 'ਚ ਆਇਆ ਹੁੰਦਾ। ਕਦੇ ਇੱਧਰ ਆਫਰ ਨਹੀਂ ਆਈ ਕਿਸੇ ਗਾਣੇ 'ਚੋਂ? ਹਾਂਜੀ ਆਉਂਦੀ ਹੈਗੀ ਆ ਜੀ, ਮਾਡਲਿੰਗ ਦੀ ਆਫਰ ਵੀ ਆਉਂਦੀ ਆ। ਫਿਰ ਤੁਹਾਨੂੰ ਪਤਾ ਹੀ ਆ ਜੀ, ਹੁਣ ਜਦੋਂ ਉਹਨਾਂ ਨੇ ਮਾਡਲਿੰਗ ਵੀ ਕਰਾਉਣੀ ਆ, ਫਿਰ ਉਹ ਕੁਛ ਪੈਸੇ ਵੀ ਮੰਗਦੇ ਆ ਕਿ ਤੁਹਾਨੂੰ ਇੰਨੇ ਪੇ ਕਰੋ ਫਿਰ ਤੁਹਾਡੀ ਮਾਡਲਿੰਗ ਕਰਾਉਂਦੇ ਜਾਂ ਗਾਣਾ ਕਰਾਉਂਦੇ ਆ। ਮੈਨੂੰ ਦੋ ਤਿੰਨ ਗਾਣਿਆਂ ਦੀ ਆਫਰ ਆਈ ਸੀਗੀ, ਪਰ ਹੁਣ ਪੈਸੇ ਹੁਣ ਘਰ ਵੀ ਚਲਾਉਣਾ ਆ ਜੀ। ਬਿਲਕੁਲ, ਫਿਰ ਉੱਧਰ ਫਿਰ ਤਾਂ ਇਸ ਕਰਕੇ ਨਹੀਂ, ਫਿਰ ਉੱਧਰ ਨਹੀਂ ਜ਼ਿਆਦਾ। ਫੈਮਿਲੀ 'ਚ ਕੌਣ ਕੌਣ ਆ ਭਾਜੀ? ਫੈਮਿਲੀ 'ਚ ਮੇਰੇ ਮੰਮੀ ਆ, ਮੇਰੇ ਪਾਪਾ ਸੀ, ਪਾਪਾ ਦੀ ਡੈਥ ਹੋ ਗਈ ਆ, ਵੱਡੀ ਸਿਸਟਰ ਆ ਜੀ ਮੇਰੀ, ਛੋਟੀ ਸਿਸਟਰ ਆ, ਮੇਰਾ ਛੋਟਾ ਬ੍ਰਦਰ ਆ ਜੀ, ਮੈਂ ਆ ਜੀ। ਅੱਛਾ ਜੀ, ਹਾਂਜੀ। ਫਾਦਰ ਦਾ ਚਲੇ ਜਾਣਾ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਚੱਕ ਲੈਣੀ ਹੈ ਨਾ, ਹਾਂਜੀ, ਤੇ ਇੱਕ ਕਰੀਅਰ ਵੀ ਉਸ ਫੀਲਡ ਵਿੱਚ ਬਣਾਉਣਾ, ਜੇ ਸਟਰਗਲ ਬਹੁਤ ਆ। ਹਾਂਜੀ, ਤੇ ਕਿੰਨਾ ਕੁ ਔਖਾ ਹੋ ਜਾਂਦਾ ਕਿ ਪਰਿਵਾਰ ਵੀ ਦੇਖਣਾ ਤੇ ਆਪਣਾ ਕਰੀਅਰ ਵੀ ਦੇਖਣਾ? ਮੇਰੇ ਮੰਮੀ ਵੀ ਸੋਚਦੇ ਸੀ, ਮੰਮੀ ਹੁਣਾਂ ਨਾਲ ਮੇਰੀ ਇੱਕ ਦਿਨ ਗੱਲ ਹੋਈ ਆ, ਮੰਮੀ ਹੁਣੀ ਵੀ ਇਹ ਗੱਲ ਸੋਚਦੇ ਸੀਗੇ, ਕੋਈ ਆਏ ਸੀ ਘਰ ਦੇ ਵਿੱਚ ਬੈਠੇ ਹੀ ਰਿਸ਼ਤੇਦਾਰ, ਉਹਨਾਂ ਸਾਹਮਣੇ ਗੱਲ ਕਰ ਰਹੇ ਸੀਗੇ, ਮੰਮੀ ਇਹ ਸੋਚਦੇ ਸੀ ਮੇਰੇ ਬੱਚੇ ਹੈਗੇ ਛੋਟੇ, ਹੁਣ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ, ਫਾਦਰ ਸਾਹਿਬ ਦੇ ਸਿਰ 'ਤੇ ਘਰ ਚੱਲਦਾ ਸੀਗਾ, ਜੋ ਮੈਂ ਕਮਾਉਂਦਾ ਸੀ ਭੰਗੜੇ ਸਿਰ ਉਹ ਥੋੜ੍ਹਾ ਜਿਹਾ ਉਹਦਾ ਕਰਕੇ ਵੀ ਚੱਲਦਾ ਸੀ। ਮੰਮੀ ਹੁਣੀ ਇਹ ਵੀ ਗੱਲ ਕਰਦੇ ਸੀ ਕਿ ਮੇਰੇ ਬੱਚਿਆਂ 'ਤੇ ਹੁਣ ਬੋਝ ਪੈ ਜਾਣਾ ਆ, ਕਿ ਮੈਂ ਹੁਣ ਘਰ ਕਿੱਦਾਂ ਚਲਾਊਂਗੀ, ਕਿੱਦਾਂ ਹੋਊਗਾ ਸਾਡਾ, ਕੀ ਕਰਾਂਗੇ। ਪਰ ਫੇਰ ਵੀ ਰੱਬ ਨੇ ਸਾਡਾ ਬਹੁਤ ਸਾਥ ਦਿੱਤਾ ਜੀ। ਦੇਖੋ ਆਪਾਂ ਭੰਗੜਾ ਪਾਉਂਦੇ ਹਾਂ, ਕੋਈ ਨਸ਼ਾ ਨਹੀਂ ਕਰਦੇ ਜੀ, ਭੰਗੜਾ ਪਾਉਂਦੇ ਆਪਣਾ ਘਰ ਬਾਰ ਵਧੀਆ ਤੁਰਨਦੇ ਹਾਂ ਜੀ, ਰੋਟੀ ਪਾਣੀ ਅੱਜ ਵਧੀਆ ਖਾਂਦੇ, ਭੰਗੜੇ ਦੇ ਸਿਰੋਂ ਖਾਂਦੇ ਹਾਂ ਜੀ, ਤਾਂ ਘਰ ਵੀ ਵਧੀਆ ਆਪਣਾ ਤੁਰਨਦੇ ਆ ਜੀ। ਛੋਟਾ ਬ੍ਰਦਰ ਭੇਜਿਆ ਮੈਂ ਬਾਹਰ ਭੇਜਿਆ ਜੀ, ਹੁਣ 10 ਲੱਖ ਰੁਪਈਆ ਲੱਗਾ ਜੀ ਉੱਥੇ, ਉਹ ਵੀ ਮੈਂ ਭੰਗੜੇ ਦੇ ਸਿਰੋਂ ਲਾਇਆ ਜੀ। ਅੱਛਾ ਜੀ, ਹਾਂਜੀ, ਗੱਡੀਆਂ ਆ ਆਪਣੇ ਕੋਲ ਇੱਕ ਦੋ ਬਣਾਈਆਂ, ਉਹ ਵੀ ਭੰਗੜੇ ਸਿਰੋਂ ਬਣਾਈਆਂ ਜੀ। ਕਿਆ ਬਾਤ ਹੈ, ਹਾਂਜੀ। ਘਰ 'ਚੋਂ ਵੱਡੇ ਹੋ, ਜਿੱਦਾਂ ਤੁਸੀਂ ਕਿਹਾ ਕਿ ਛੋਟੇ ਭਰਾ ਨੂੰ ਬਾਹਰ ਭੇਜਿਆ, ਜਿੱਦਾਂ ਛੋਟਾ ਭਰਾ ਵੱਡੇ ਨੂੰ ਕਾਪੀ ਕਰਦਾ ਹੁੰਦਾ, ਜਦੋਂ ਕੋਈ ਗਾਲਾਂ ਪੈਣੀਆਂ ਵੱਡੇ ਨੂੰ ਹੀ ਪੈਣੀਆਂ ਕਿ ਦੇਖ ਤੈਨੂੰ ਦੇਖ ਕੇ ਉਹ ਵੀ ਇਹੀ ਹਰਕਤਾਂ ਕਰਦਾ। ਹਾਂਜੀ, ਕਦੀ ਛੋਟੇ ਬ੍ਰਦਰ ਨੇ ਨਹੀਂ ਕਿਹਾ ਕਿ ਭਾਜੀ ਮੈਂ ਵੀ ਭੰਗੜਾ ਹੀ ਪਾਉਣਾ? ਛੋਟੇ ਬ੍ਰਦਰ ਨੇ ਵੀ ਪਾਇਆ। ਅੱਛਾ ਜੀ, ਲੋਹੜੀ ਦਾ ਫੰਕਸ਼ਨ ਹੋਣਾ, ਜਿੱਦਾਂ ਮਤਲਬ ਪਿੰਡ ਦੇ ਵਿੱਚ ਲੋਹੜੀ ਮੰਗਣ ਜਾਣਾ ਉਹਨਾਂ ਨੇ, ਉਹ ਵੀ ਪਾਉਂਦਾ ਰਿਹਾ ਆ, ਫਿਰ ਸਟੇਜ 'ਤੇ ਵੀ ਪਾਇਆ ਉਹਨਾਂ ਨੇ। ਅੱਛਾ ਜੀ, ਸਾਲ ਕੁ ਉਹਨਾਂ ਨੇ ਵੀ ਪਾਇਆ, ਫਿਰ ਉਹਨੂੰ ਮੈਂ ਸਮਝਾਇਆ ਚਲੋ ਮੈਂ ਹੈਗਾ ਇਸ ਲਾਈਨ ਦੇ ਵਿੱਚ, ਕੋਈ ਗੱਲ ਨਹੀਂ ਤੂੰ ਆਪਣਾ ਕਰੀਅਰ ਕਰ ਨਾ, ਹੋਰ ਆਪਣਾ ਫਿਊਚਰ ਸੋਚ ਕੋਈ। ਫਿਰ ਉਹਨੇ ਕਹਿੰਦਾ ਸੀ ਵੀਰੇ ਆਪਾਂ ਮਤਲਬ ਹੋਰ ਗੱਡੀ ਇੱਕ ਲੈ ਲੈਂਦੇ ਹਾਂ ਇਸ ਲਾਈਨ ਦੇ ਵਿੱਚ, ਟੈਕਸੀ ਮਤਲਬ ਟੈਕਸੀ ਦਾ ਕੰਮ ਵੀ ਹੈ ਨਾ ਆਪਣਾ। ਅੱਛਾ ਜੀ, ਤਾਂ ਉਹਨੂੰ ਫਿਰ ਮੈਂ ਗੱਡੀ ਲੈ ਕੇ ਦਿੱਤੀ, ਤਾਂ ਉਹ ਵੀ ਮੈਂ ਹੀ 2-4 ਮਹੀਨੇ ਚਲਾਈ ਆ ਉਹਨੇ। ਫਿਰ ਕਹਿੰਦਾ ਵੀਰੇ ਮੈਂ ਬਾਹਰ ਜਾਣਾ ਕੋਈ ਵਧੀਆ ਕੰਟਰੀ 'ਚ, ਫਿਰ ਦੋਸਤ ਸੀਗਾ ਉਹਦਾ, ਤਾਂ ਉਸਨੇ ਪੇਪਰ ਅਪਲਾਈ ਕੀਤੇ ਇਟਲੀ ਦੇ, ਤਾਂ ਉਹਦਾ ਵੀਜ਼ਾ ਲੱਗ ਗਿਆ ਜੀ, ਤਾਂ ਫਿਰ ਉਹ ਇਟਲੀ ਚਲਾ ਗਿਆ, ਇਟਲੀ ਤੋਂ ਹੁਣ ਪੁਰਤਗਾਲ ਹੋਇਆ ਜੀ ਬੈਠਾ। ਅੱਛਾ ਜੀ, ਹਾਂਜੀ। ਜਿਵੇਂ ਤੁਸੀਂ ਭਾਅ ਜੀ ਗੱਲ ਕੀਤੀ ਹੈ ਕਿ ਅਸੀਂ ਭੰਗੜੇ ਸਿਰ ਰੋਟੀ ਖਾਈਦੀ ਆ ਤੇ ਕੋਈ ਨਸ਼ਾ ਪੱਤਾ ਨਹੀਂ ਕਰੀ, ਹਾਂਜੀ ਹਾਂਜੀ, ਪਰ ਬਹੁਤ ਗੱਲਾਂ ਉੱਠਦੀਆਂ ਨੇ ਭੰਗੜੇ ਲੈ ਕੇ ਕਿ ਨਹੀਂ ਨਹੀਂ ਸਵੇਰੇ 10 ਵਜੇ ਦੇ ਲੱਗੇ ਹੋ ਆ, ਸ਼ਾਮ ਦੇ 5 ਵਜੇ ਤੱਕ ਇੱਦਾਂ ਹੋਣੀ ਭੰਗੜਾ ਪੈਂਦਾ, ਇਹ ਕੁਛ ਨਾ ਕੋਈ ਨਸ਼ਾ ਪੱਤਾ ਖਾ ਕੇ ਲੱਗੇ ਹੋ ਆ, ਤਾਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਲੋਕਾਂ ਦੀ ਇਹਨਾਂ ਗੱਲਾਂ ਨੂੰ? ਇਹ ਸਰ ਜੀ ਠੀਕ ਆ, ਚੰਗਾ ਬੋਲਣ ਵਾਲੇ ਵੀ ਆ, ਮਾੜਾ ਬੋਲਣ ਵਾਲੇ ਵੀ ਆ, ਪਰ ਬੰਦੇ ਨੂੰ ਕਿਤੇ ਨਾ ਕਿਤੇ ਹਰਟ ਤਾਂ ਹੁੰਦਾ ਆ, ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਦੇਖੋ ਜੀ, ਕਰਦੇ ਆ ਕਈ, ਕਰਦੇ ਵੀ ਆ, ਕਈ ਨਹੀਂ ਕਰਦੇ ਜੀ, ਸੋਚੋ 10% ਵੀ ਕਰਦੇ ਆ ਜੀ, ਸੋਚੋ 90% ਨਹੀਂ ਕਰਦੇ। ਜ਼ਰੂਰੀ ਨਹੀਂ ਨਸ਼ਾ, ਹੁਣ ਅਸੀਂ ਵੀ ਆ, ਅਸੀਂ ਕੋਈ ਨਸ਼ਾ ਨਹੀਂ ਖਾਂਦੇ ਜੀ, ਠੀਕ ਆ, ਨਾ ਅਸੀਂ ਦਾਰੂ ਪੀਂਦੇ ਹਾਂ ਜੀ, ਪੀਂਦੇ ਹਾਂ ਕਿਤੇ ਫੰਕਸ਼ਨ 'ਤੇ ਪੀਂਦੇ ਹਾਂ, ਆਪਣਾ ਫੰਕਸ਼ਨ ਹੋਵੇ ਪਰਸਨਲ, ਪਰ ਇੱਦਾਂ ਨਹੀਂ ਫੰਕਸ਼ਨ 'ਤੇ ਜਾ ਕੇ ਜਿੱਦਾਂ ਭੰਗੜਾ ਪਾਉਣ ਗਏ ਹਾਂ ਕਿਸੇ ਦੇ ਫੰਕਸ਼ਨ 'ਤੇ, ਪਰ ਇੱਦਾਂ ਨਹੀਂ ਪੀਂਦੇ ਜੀ, ਨਸ਼ਾ ਕਰਦੇ, ਪਰ ਆਪਾਂ ਹੋਰ ਨਸ਼ਾ ਨਹੀਂ ਕੋਈ ਲਾਇਆ, ਨਸ਼ਾ ਕਰਕੇ ਸਟੇਜ 'ਤੇ ਨਹੀਂ, ਨਹੀਂ ਸਟੇਜ 'ਤੇ ਨਹੀਂ ਚੜੇ ਜੀ, ਉਹ ਸਾਡੀ ਰੋਟੀ ਆ ਨਾ, ਸਾਡੀ ਰਿਜਕ ਰੋਟੀ ਆ ਨਾ ਸਟੇਜ, ਅਸੀਂ ਉਹਦੇ ਸਿਰੋਂ ਖਾਂਦੇ ਹਾਂ ਜੀ। ਬਿਲਕੁਲ, ਹਾਂਜੀ।
ਮੈਂ ਦੇਖ ਰਿਹਾ ਭਾਜੀ ਕਾਫੀ ਟੈਟੂ ਬਣੇ ਹੋਏ ਨੇ, ਉਧਰ ਮਨੀ ਲਿਖਿਆ ਹੋਇਆ, ਇਧਰ ਵੀ ਟੈਟੂ ਆ ਤੇ ਇੱਥੇ ਨਾਂ ਲਿਖੇ ਹੋਏ ਨੇ ਜਗੀਰ ਕੌਰ ਤੇ ਗੁਰਮੀਤ ਸਿੰਘ ਕਰਕੇ, ਇਹ ਮੰਮੀ ਪਾਪਾ ਨਾਲ ਲਿਖਾਇਆ ਹੋਇਆ? ਹਾਂਜੀ, ਇਹ ਮੇਰੀ ਮੰਮੀ ਦੇ ਨਾਂ ਆ ਜੀ ਜਗੀਰ ਕੌਰ, ਤੇ ਇਧਰ ਫਾਦਰ ਸਾਹਿਬ ਦਾ ਨਾਂ ਆ ਜੀ ਗੁਰਮੀਤ ਸਿੰਘ। ਹਾਂਜੀ, ਇਹਨਾਂ ਦੀ ਬਦੌਲਤ ਆ ਜੀ ਅੱਜ ਅਸੀਂ, ਇਹਨਾਂ ਦੀ ਬਦੌਲਤ ਬੈਠੇ ਆ ਜੀ ਅੱਜ ਇੱਥੇ। ਹਾਂਜੀ, ਇੱਕ ਭਾਜੀ ਨਾ ਚੀਜ਼ ਹੁੰਦੀ ਆ ਕਿ ਮੈਂ ਹਮੇਸ਼ਾ ਸਵਾਲ ਪੁੱਛਦਾ ਹੁੰਦਾ ਕਿ ਕਿਉਂਕਿ ਜਿਹੜਾ ਇੱਕ ਆਰਟਿਸਟ ਹੁੰਦਾ ਨਾ, ਜਿੱਥੇ ਕੋਈ ਆਰਟ ਆ ਤੇ ਆਰਟਿਸਟ ਆ, ਜ਼ਰੂਰੀ ਨਹੀਂ ਹੋ ਕਿ ਫਿਲਮ ਵਾਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ, ਜੇ ਤੁਹਾਡੇ 'ਚ ਆਰਟ ਆ ਤੁਸੀਂ ਆਰਟਿਸਟ ਹੋ, ਹੈ ਨਾ। ਅਤੇ ਆਪ ਜਦੋਂ ਵੀ ਕੋਈ ਬੰਦਾ ਇਸ ਫੀਲਡ ਵਿੱਚ ਜਾਂਦਾ, ਫੈਮਿਲੀ ਤਾਂ ਚਲੋ ਬੰਦਾ ਮਨਾ ਲੈਂਦਾ, ਜਿਹੜਾ ਤੁਹਾਡਾ ਆਲਾ ਦੁਆਲਾ ਹੁੰਦਾ, ਰਿਸ਼ਤੇਦਾਰ ਲੋਕ ਹੁੰਦੇ ਨੇ, ਉਹ ਤਾਨੇ ਮੇਣੇ ਬਹੁਤ ਮਾਰਦੇ ਨੇ। ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਸੀ ਕਿ ਲੈ ਵੀ ਨਹੀਂ ਤਾਂ ਸਿੱਧੀ ਗੱਲ, ਸੋਰੀ ਗੁੱਸਾ ਨਾ ਕਰਿਓ ਨਾ ਤੁਸੀਂ ਨਾ ਸਾਡੇ ਦਰਸ਼ਕ, ਕਿਉਂਕਿ ਸੱਚਾਈ ਆ ਕਿ ਲੋਕ ਪਤਾ ਕੀ ਕਹਿੰਦੇ ਨੇ, ਨਚਾਰਾਂ ਵਾਲੇ ਕੰਮ ਨੇ, ਕੰਜਰਾਂ ਵਾਲੇ ਕੰਮ ਨੇ। ਹਾਂਜੀ, ਠੀਕ ਹੈ ਨਾ। ਫਿਰ ਤੁਸੀਂ ਇਹ ਚੀਜ਼ ਨੂੰ ਕਿਵੇਂ ਲੈ ਕੇ ਚੱਲੇ ਸੀਗੇ? ਹਾਂਜੀ, ਦੇਖੋ ਜੀ, ਬਹੁਤ ਕੁਛ ਕਹਿੰਦੇ ਆ ਲੋਕੀ ਵੀ ਕਹਿੰਦੇ ਆ ਜੀ, ਠੀਕ ਆ ਜੀ, ਰਿਸ਼ਤੇਦਾਰ ਵੀ ਕਹਿੰਦੇ ਆ, ਪਰ ਦੇਖੋ ਜੀ ਆਪਣੀ ਆਪਣੀ ਰੋਟੀ ਆ ਜੀ, ਨਾ ਕਿਸੇ ਨੇ ਸਾਨੂੰ ਦੇਣਾ ਹੈ ਜੀ ਖਾਣ ਨੂੰ, ਹੈ ਨਾ। ਤਾਂ ਅਸੀਂ ਆਪਣਾ ਕਮਾਉਣਾ ਆਪਣਾ ਹੀ ਖਾਣਾ ਜੀ ਜੋ ਵੀ, ਹੈ ਨਾ। ਤਾਂ ਅਸੀਂ ਨਹੀਂ ਫਿਰ ਸੋਚਿਆ ਕਿਸੇ ਸਾਨੂੰ ਕੋਈ ਕਹੂਗਾ, ਕਹਿੰਦੇ ਆ ਕੰਜਰ ਵੀ ਕਹਿੰਦੇ ਆ, ਨਚਾਰ ਵੀ ਕਹਿੰਦੇ ਆ, ਇਹ ਕੰਜਰਾਂ ਵਾਲਾ ਕੰਮ ਕਰਦੇ ਆ ਇੱਦਾਂ, ਪਰ ਨਹੀਂ ਸਾਡੀ ਰੋਟੀ ਇਹਦੇ ਸਿਰੋਂ ਚੱਲਦੀ ਆ ਜੀ। ਹਾਂਜੀ, ਹੁਣ ਰੀਲਾਂ ਪਾਉਂਦੇ ਹੀ ਆ ਲੋਕੀ, ਕਈ ਪਾਉਂਦੇ ਆ, ਹੁਣ ਇੰਸਟਾ ਤੇ ਵੀ ਪੈਂਦੀਆਂ ਹੀ ਆ, ਹੁਣ ਉਹ ਵੀ ਨਚਾਰ ਹੀ ਹੋਏ ਫਿਰ। ਬਿਲਕੁਲ, ਮੈਂ ਨਚਾਰ ਕਹਿ ਰਹੇ, ਮੈਂ ਉਹ ਚੀਜ਼ ਪੜ੍ਹ ਰਿਹਾ ਸੀ, ਉਹਦੇ ਵਿੱਚ ਬੜੀ ਸੋਹਣੀ ਚੀਜ਼ ਲਿਖੀ ਸੀ ਕਿ ਪਹਿਲਾਂ ਤਾਂ ਇਕੱਲੇ ਸਟੇਜਾਂ ਤੇ ਨੱਚਦੇ ਸੀ, ਅੱਜ ਕੱਲ ਘਰ ਘਰ ਨੱਚਦੇ ਆ। ਹਾਂਜੀ ਹਾਂਜੀ ਹਾਂਜੀ, ਤੇ ਇਹ ਵੀ ਚੀਜ਼ ਆ ਜਾਂਦੀ ਆ। ਹਾਂਜੀ, ਦੇਖੋ ਹੁਣ ਅਸੀਂ ਸਟੇਜ ਤੇ ਨੱਚਦੇ ਆ ਜੀ, ਅਸੀਂ ਕਲਾਕਾਰ ਆ ਜੀ, ਕਲਾਕਾਰ ਦਿਖਾਉਂਦੇ ਆ, ਕਲਾਕਾਰੀ ਦਿਖਾਉਂਦੇ ਆ ਉਹਨਾਂ ਨੂੰ ਜੀ। ਅਸੀਂ ਆਡੀਅੰਸ ਦਾ ਦਿਲ ਮੋਹਦੇ ਆ, ਦਿਲ ਉਹਨਾਂ ਦਾ ਟਾਈਮ ਪਾਸ ਕਰ ਰਹੇ ਆ ਅਸੀਂ ਨੱਚ ਕੇ। ਅਸੀਂ ਸਾਨੂੰ ਸਵੇਰ ਤੋਂ ਅਸੀਂ ਸ਼ਾਮ ਤੱਕ ਨੱਚਣਾ ਵੀ ਆ ਜੀ, ਸਾਨੂੰ ਮਾੜਾ ਚੰਗਾ ਵੀ ਕਹਿੰਦੇ ਆ, ਕਈ ਵਿਆਹਾਂ 'ਚ ਜਾਈਦਾ ਆ, ਸਾਨੂੰ ਮਾੜਾ ਵੀ ਕਹਿੰਦੇ ਆ, ਚੰਗਾ ਵੀ ਕਹਿੰਦੇ ਆ, ਕਈ ਵਿਆਹਾਂ 'ਚ ਸਾਡੀ ਇੱਜ਼ਤ ਮਾਣ ਵੀ ਕਰਦੇ ਆ ਜੀ, ਬਹੁਤ ਸਾਨੂੰ ਵਧੀਆ ਰਿਸਪੈਕਟ ਮਿਲਦੀ ਆ ਕਈ ਵਿਆਹਾਂ ਦੇ ਵਿੱਚ। ਹਾਂਜੀ, ਸ਼ੁਰੂਆਤ ਤਾਂ ਭਾਜੀ ਕੀਤੀ ਸੀਗੀ ਜਿਹੜਾ ਤੁਸੀਂ ਗੱਲ ਕੀਤੀ ਆਪਣੇ ਉਸਤਾਦ ਮਹਾਰਾਜ ਜੀ ਨਾਲ। ਹਾਂਜੀ ਹਾਂਜੀ, ਹੁਣ ਤੁਹਾਡਾ ਇੱਕ ਅਲੱਗ ਗਰੁੱਪ ਬਣਿਆ ਹੋਇਆ। ਹਾਂਜੀ, ਹੁਣ ਜ਼ਿੰਮੇਵਾਰੀ ਕਿੰਨੀ ਕੁ ਵੱਧ ਜਾਂਦੀ ਹੈ ਜਦੋਂ ਤੁਸੀਂ ਆਪਣਾ ਅਲੱਗ ਤੋਂ ਸਟਾਰਟ ਕਰਨਾ ਹੋਵੇ? ਜ਼ਿੰਮੇਵਾਰੀਆਂ ਜੀ ਬਹੁਤ ਆ ਜੀ, ਹੁਣ 13-14 ਮੈਂਬਰ ਆ ਜੀ ਗਰੁੱਪ ਦੇ ਵਿੱਚ ਅਸੀਂ ਕੰਮ ਕਰਦੇ, ਯਾਨੀ ਕਿ 5 ਲੜਕੀਆਂ ਆ ਸਾਡੇ ਨਾਲ, 8 ਲੜਕੇ ਆ ਜੀ, 2 ਮਾਡਲ ਆ ਜੀ, ਬਾਕੀ ਬੈਕ ਤੇ ਹੁੰਦੇ ਆ ਜੀ ਸਾਡੇ ਨਾਲ। ਤਾਂ ਇੱਕ ਸਾਡਾ ਬ੍ਰਦਰ ਆ ਜਿੰਦਰ ਭਾਜੀ, ਗੈਰੀ ਜਿੰਦਰ ਜੀ, ਜਿਨ੍ਹਾਂ ਦੇ ਨਾਲ ਆਪਾਂ ਤੁਰੇ ਫਿਰਦੇ ਆ ਜੀ ਅੱਜ, ਉਹ ਵੀ ਆਪਣਾ ਭਰਾ ਆ ਜੀ, ਉਹ ਵੀ ਨਹੀਂ ਆਪਣੇ ਤੋਂ ਪਿੱਛੇ ਹਟਦਾ ਜੀ, ਉਹਦਾ ਵੀ ਸਾਥ ਸਾਡੇ ਤੇ ਬਹੁਤ ਆ ਜੀ ਉਹਨਾਂ ਦਾ। ਹਾਂਜੀ, ਇੱਕ ਗੱਲ ਨਾ ਮਨੀ ਭਾ, ਮੈਨੂੰ ਨਾ ਪਤਾ ਲੱਗੀ ਸੀ ਕਿ ਮਨੀ ਭਾਜੀ ਬਹੁਤ ਲੰਬਾ ਸਫ਼ਰ ਕੱਢ ਕੇ ਆਏ ਆ, ਬਹੁਤ ਸਟਰਗਲ ਕਰਕੇ ਆਏ ਆ, ਤੇ ਤੁਹਾਡੇ ਸਟੂਡੈਂਟ ਵੀ ਬਹੁਤ ਨੇ ਤੁਹਾਡੇ ਕੋਲ ਸਿੱਖਦੇ ਨੇ, ਪਰ ਮਨੀ ਨੇ ਕਦੀ ਇੱਕ ਰੁਪਈਆ ਨਹੀਂ ਲਿਆ ਭੰਗੜਾ ਸਿਖਾਉਣ ਦਾ, ਐਵੇਂ ਕਿਉਂ? ਨਹੀਂ ਜੀ, ਅਸੀਂ ਨਹੀਂ ਕਦੀ ਰੁਪਈਆ ਲਿਆ, ਨਾ ਸਾਡੇ ਉਸਤਾਦ ਨੇ ਸਾਡੇ ਤੋਂ ਲਿਆ ਜੀ ਰੁਪਈਆ ਵੀ, ਉਹਨਾਂ ਨੇ ਸਾਨੂੰ ਰੋਟੀ ਜੇ ਪਾਇਆ ਤਾਂ ਅਸੀਂ ਉਹੀ ਰਾਹ ਤੇ ਤੁਰੇ ਹਾਂ ਜੀ, ਕਿ ਅਸੀਂ ਵੀ ਨਹੀਂ ਇੱਕ ਰੁਪਈਆ ਕਿਸੇ ਤੋਂ ਲੈਣਾ, ਜਿਨ੍ਹਾਂ ਦੀ ਰੋਟੀ ਚੱਲੂਗੀ ਉਹ ਚਲਾਊਗੇ, ਸਿਰ ਤੋਂ ਖਾਊਗੇ, ਸਾਨੂੰ ਖੁਸ਼ੀ ਮਿਲੂਗੀ ਜੀ ਜੀ, ਉਹ ਰੋਟੀ ਆਪਣੇ ਆਪਣੇ ਪੈਰਾਂ ਤੇ ਖੜ ਕੇ ਕਮਾਊਗੇ, ਸਾਨੂੰ ਖੁਸ਼ੀ ਮਿਲੂਗੀ, ਆਪਾਂ ਉਹਨਾਂ ਕੋਲ ਕੀ ਪੈਸੇ ਲੈਣੇ। ਨਹੀਂ ਤਾਂ ਭਾਜੀ ਅੱਜ ਕੱਲ੍ਹ ਇੰਨੇ ਉਹ ਸੈਂਟਰ ਬਣੇ ਹੋਏ ਨੇ ਭੰਗੜੇ ਦੇ, ਹਾਂਜੀ ਹਾਂਜੀ, ਨਾਂ ਕਿਸੇ ਦਾ ਹੁੰਦਾ, ਹਾਂਜੀ ਹਾਂਜੀ, ਫਲਾਣੇ ਦੇ ਨਾਂ ਤੋਂ, ਪਰ ਅੰਦਰ ਸਿਖਾਉਣੇ ਵਾਲਾ ਕੋਈ ਹੋਰ ਹੁੰਦਾ, ਜਿਹਦੇ ਨਾਂ ਤੇ ਹੁੰਦਾ ਉਹਨੂੰ ਇੱਕ ਸਟੈਪ ਵੀ ਨਹੀਂ ਆਉਂਦਾ ਹੁੰਦਾ, ਨਹੀਂ ਆਉਂਦਾ ਜੀ, ਉਹ ਇਹ ਕਹਿੰਦੇ ਕਿ ਚੱਲ ਪੈਸਾ ਕਮਾਉਣਾ ਜੀ, ਸਾਨੂੰ ਵੀ ਆਫਰਾਂ ਆਉਂਦੀਆਂ ਆ, ਜਿੱਦਾਂ ਖੁੱਲੇ ਪਏ ਆ ਭੰਗੜੇ ਦੇ ਅਕੈਡਮੀਆਂ ਖੁੱਲੀਆਂ ਆ, ਸਾਨੂੰ ਵੀ ਆਫਰਾਂ ਆਉਂਦੀਆਂ, ਇੱਦੀ ਤਨਖਾਹ ਦਵਾਂਗੇ, ਆ ਜਾਓ ਸਾਡੇ ਕੋਲ ਸਿਖਾਓ ਬੱਚਿਆਂ ਨੂੰ ਭੰਗੜਾ ਸਿਖਾਓ, ਪਰ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ, ਹੁਣ ਅਸੀਂ ਆਪਣਾ ਘਰ ਵੀ ਦੇਖਦੇ ਹਾਂ, ਇੱਧਰ ਸਾਨੂੰ ਵਧੀਆ ਆ ਪੇ, ਇੱਧਰ ਵਧੀਆ ਮਨੀ ਮਿਲ ਜਾਂਦੀ ਆਪਾਂ ਨੂੰ ਵਧੀਆ, ਇਸ ਸਿਰੋਂ ਸਾਡਾ ਆਪਣਾ ਕੰਮ ਨਾਲ ਆ ਜੀ,
ਤਾਂ 6 ਮਹੀਨੇ ਕੰਮ ਹੁੰਦਾ ਉਦਾਂ ਸੀ ਜਾਂਦਾ ਤਾਂ 6 ਮਹੀਨੇ ਫਿਰ ਗਰਮੀਆਂ ਨੂੰ ਟਾਵੇਂ ਟਾਵੇਂ ਲੱਗਦੇ ਆ ਪ੍ਰੋਗਰਾਮ। ਹਾਂਜੀ ਤੇ ਫੈਮਿਲੀ ਖੁਸ਼ ਆ ਭਾਜੀ ਹੁਣ? ਫੈਮਿਲੀ ਖੁਸ਼ ਆ ਜੀ ਪੂਰੀ। ਉਹਨਾਂ ਨੂੰ ਪਤਾ ਸਾਡਾ ਮੁੰਡਾ ਭੰਗੜਾ ਪਾਉਂਦਾ ਆ, ਪੈਸੇ ਹੀ ਕਮਾਉਂਦਾ ਆ, ਕੋਈ ਨਸ਼ਾ ਪੱਤਾ ਨਹੀਂ ਜੀ। ਘਰੋਂ ਬਾਹਰ ਵੀ ਰਹਿੰਦੇ ਹਾਂ ਅਸੀਂ, ਸੀਜਨ ਦੀ ਜਲੰਧਰ ਰਹੀਦਾ, ਬਾਹਰ ਵੀ ਰਹੀਦਾ ਰੂਮ ਲੈ ਕੇ ਕਿਰਾਏ ਤੇ। ਹਾਂਜੀ ਕਦੀ ਭਾਜੀ ਫੋਰਨ ਵੀ ਗਏ ਹੋ ਭੰਗੜਾ ਦੇ ਟੂਰ ਲੈ ਕੇ? ਕਦੀ ਆਉਂਦੇ ਆ, ਉਹ ਵੀ ਆਉਂਦੇ ਆ ਫਿਰ, ਪਰ ਪੈਸੇ ਬਹੁਤ ਮੰਗਦੇ ਆ ਨਾ ਫਿਰ, ਤੁਹਾਨੂੰ ਪਤਾ ਆ ਜੀ ਅੱਜ ਕੱਲ ਫਿਰ ਘਰ ਵੀ ਚਲਾਉਣਾ ਆ ਜੀ, ਫਿਰ ਪੈਸੇ ਉਧਰ ਲੱਖ ਲੱਖ ਰੁਪਈਆ ਮੰਗਦੇ ਆ ਜੀ, ਤਾਂ ਫਿਰ ਹੁਣ ਲੱਖ ਰੁਪਈਆ ਉਧਰ ਲਾਵਾਂਗੇ ਅਸੀਂ, ਉਹੀ ਸੋਚਦੇ ਆ ਕੁਛ ਆਪਣਾ ਘਰ ਦਾ ਬਣਾ ਲਾਂਗੇ ਹਨਾ। ਮੈਂ ਤਾਂ ਲਾਈ ਆਉਣਾ ਟੂਰ, ਪਰ ਮਿਲਣਾ ਕੁਛ ਨਹੀਂ ਉੱਥੋਂ ਜੀ, ਵੀਜ਼ਾ ਲੱਗ ਜਾਂਦਾ ਇੱਕ ਬਸ ਪਾਸਪੋਰਟ ਤੇ ਵੀਜ਼ਾ ਕਹਿੰਦੇ ਲੱਗੂਗਾ, ਗਾਂ ਹੋਰ ਹੋਰ ਕੰਟਰੀਆਂ ਦਾ ਫਿਰ ਤੁਸੀਂ ਬਾਹਰ ਦਾ ਅਪਲਾਈ ਕਰੋਗੇ, ਅਮਰੀਕਾ ਕੈਨੇਡਾ ਤੁਹਾਡਾ ਛੇਤੀ ਬਣ ਜਾਊਗਾ। ਇੱਕ ਭਾਜੀ ਇੱਕ ਹੋਰ ਸਵਾਲ ਆ ਮੇਰੇ ਮਨ 'ਚ, ਹਾਂਜੀ ਕਿ ਇਹ ਆ ਕਿ ਲੋਕ ਤਾਂ ਚੰਗਾ ਮਾੜਾ ਬੋਲਦੇ ਰਹਿੰਦੇ ਨੇ, ਹਾਂਜੀ ਹਨਾ, ਤੁਸੀਂ ਕੋਈ ਚੰਗਾ ਵੀ ਕਰ ਲਓ ਨਾ ਉਹਦੇ ਵਿੱਚ ਵੀ ਉਹਨੇ ਕੋਈ ਨੈਗੇਟਿਵ ਚੀਜ਼ ਕੱਢ ਹੀ ਲੈਣੀ ਆ ਕਿ ਨਹੀਂ ਨਹੀਂ ਇਹ ਤਾਂ ਕਰਦੇ ਆ, ਚਾਹੇ ਪਬਲਿਸਿਟੀ ਸਟੰਟ ਹੀ ਲੈ ਲਓ। ਹਾਂਜੀ ਪਰ ਜਦੋਂ ਭੰਗੜੇ ਵਾਲੇ ਮੁੰਡੇ ਨੇ ਵਿਆਹ ਕਰਾਉਣਾ ਹੋਵੇ, ਹਾਂਜੀ, ਤੇ ਘਰਦੇ ਉਦੋਂ ਕਹਿੰਦੇ ਆ ਕਿ ਅਸੀਂ ਕੱਲ੍ਹ ਨੂੰ ਤੇਰਾ ਵਿਆਹ ਕਰਨਾ ਆ, ਤੇ ਕੁੜੀ ਵਾਲਿਆਂ ਨੂੰ ਕੀ ਕਹਾਂਗੇ, ਕੋਈ ਪਰੇਸ਼ਾਨੀ ਉਹਨੂੰ ਕਿਵੇਂ ਹੈਂਡਲ ਕਰਦੇ ਉਹਨਾਂ ਨੂੰ? ਦੇਖੋ ਜੀ ਉਹ ਸੋਚ ਆਪਣੀ ਆਪਣੀ ਆ ਜੀ, ਦੇਖੋ ਕਈਆਂ ਦੀ ਸੋਚ ਆ ਕਿ ਹਾਂ ਮੁੰਡਾ ਕਮਾਉਂਦਾ ਹੋਣਾ ਚਾਹੀਦਾ ਹੈ ਜੀ, ਹਨਾ ਜੀ, ਬੰਦਾ ਆਪਾਂ ਨੌਕਰੀ ਵੀ ਨੋਰਮਲ ਕਰਦੇ ਆ, ਕੋਈ ਦੁਕਾਨ ਤੇ ਲੱਗ ਜਾਂਦੇ ਆ, ਕੋਈ ਕਿਸੇ ਵੀ ਸ਼ੋਪ ਤੇ ਲੱਗ ਜਾਂਦੇ ਆ, ਆਪਾਂ ਨੂੰ 10-12 ਹਜ਼ਾਰ ਤੋਂ ਸੈਲਰੀ ਵੱਧ ਨਹੀਂ ਮਿਲਦੀ ਜੀ। ਭੰਗੜੇ ਦੇ ਵਿੱਚ ਇਹ ਆ ਜੀ, ਮਹੀਨੇ ਦਾ ਰੁਪਈਆ 25-30 ਹਜ਼ਾਰ ਕਮਾਉਂਦਾ ਆ ਮੁੰਡਾ ਜੀ, ਇੱਕ ਮੁੰਡਾ ਜਿਹੜਾ ਭੰਗੜਾ ਪਾਉਂਦਾ ਨਾ 25-30 ਹਜ਼ਾਰ ਰੁਪਈਆ ਕਮਾਉਂਦਾ ਆ ਜੀ, ਠੀਕ ਆ ਜੀ, ਸਰਕਾਰੀ ਨੌਕਰੀ ਵਾਲਾ ਹਿਸਾਬ ਹੋ ਜਾਂਦਾ ਜੀ ਉਹਦਾ। ਪਰ ਉਹ ਸੋਚ ਆਪਣੀ ਆਪਣੀ ਹੈ, ਕਈਆਂ ਦੀ ਸੋਚ ਵਧੀਆ ਆ, ਲੋਕੀ ਵਧੀਆ ਸੋਚਦੇ ਆ ਕਿ ਨਹੀਂ ਚਲੋ ਕਮਾਉਂਦਾ ਤਾਂ ਹੈ ਨਾ ਮੁੰਡਾ, ਸਾਡੀ ਕੁੜੀ ਨੂੰ ਰਾਜ ਤਾਂ ਕਰਾਊਗਾ, ਖਵਾਊ ਪਿਆਊਗਾ ਹੀ ਹੈ ਨਾ, ਇਹੀ ਹੁੰਦਾ ਜੀ, ਤਾਂ ਬਾਕੀਆਂ ਦੀ ਆਪਣੀ ਆਪਣੀ ਸੋਚ ਆ ਜੀ। ਅੱਛਾ ਜੀ, ਹਾਂਜੀ, ਮੁੰਡਿਆਂ ਨੂੰ ਸਟਰਗਲ ਕਰਨੀ ਪੈਂਦੀ ਆ, ਹਾਂਜੀ, ਇਸ ਲਾਈਨ ਦੇ ਵਿੱਚ ਭੰਗੜੇ 'ਚ ਕੁੜੀਆਂ ਨੂੰ ਜ਼ਿਆਦਾ ਕਰਨੀ ਪੈਂਦੀ ਆ, ਹਾਂਜੀ, ਥੋੜ੍ਹੀ ਛੇੜ ਛਾੜ ਵੀ ਹੋ ਜਾਂਦੀ ਆ। ਆ ਰੀਸੈਂਟ ਇਹ ਕਿੱਸਾ ਹੋ ਕੇ ਹਟਿਆ ਕਿ ਉਹ ਕੁੜੀ ਦੇ ਗਲਾਸ ਮਾਰਿਆ, ਸਮਰ ਸੰਧੂ ਹਨਾ, ਸਮਰ ਸੰਧੂ ਨਾਂ ਸ਼ਾਇਦ ਹਨਾ ਉਹਨਾਂ ਦਾ, ਤੇ ਉਹ ਕਿੱਸਾ ਜਦੋਂ ਹੁੰਦਾ ਆ ਤੇ ਕੁੜੀਆਂ ਟੁੱਟ ਬਹੁਤ ਜਾਂਦੀਆਂ ਕਿਉਂਕਿ ਸਾਰਿਆਂ ਨੂੰ ਆਪਾਂ ਇੱਕ ਰੱਸੇ ਨਹੀਂ ਬੰਨ ਸਕਦੇ ਹਨਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਕਿ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਅਪੀਲ ਕਰਨਾ ਚਾਹੁੰਦੇ ਹੋ? ਸਾਡੀ ਦਾ ਹੱਥ ਜੋੜ ਕੇ ਬੇਨਤੀ ਹੈ ਜੀ, ਅਸੀਂ ਆਉਂਦੇ ਹਾਂ ਜੀ ਭੰਗੜਾ ਪਾਉਣ, ਆਉਂਦੇ ਹਾਂ, ਸਾਨੂੰ ਪੇਮੈਂਟ ਦਿੰਦੇ ਆ, ਅਸੀਂ ਤਾਂ ਲੋਕਾਂ ਨੂੰ ਬੰਨਣ ਆਉਂਦੇ ਕਿ ਰੰਗ ਬੰਨੀਏ ਅਸੀਂ, ਕਿ ਇਹਨਾਂ ਦਾ ਦਿਲ ਲੱਗਾ ਰਵੇ, ਪਰ ਇਹ ਆ ਕਿ ਕਈ ਆਉਂਦੇ ਆ ਵਿੱਚ ਸ਼ਰਾਬੀ ਖਵਾਬੀ ਛੇੜਦੇ ਆ ਕੁੜੀਆਂ ਨੂੰ, ਅਸੀਂ ਚਲੋ ਫੇਰ ਵੀ ਮੋਹਰੇ ਹੋ ਜਾਈਦਾ ਆ, ਜਿਹੜੀਆਂ ਸਾਡੇ ਨਾਲ ਕੁੜੀਆਂ ਆ, ਅਸੀਂ ਕਲਚਰ ਕੰਮ ਕਰੀਦਾ, ਸਾਫ਼ ਸੁਥਰਾ ਕੰਮ ਕਰੀਦਾ ਆ ਜੀ, ਸੱਭਿਆਚਾਰ ਪ੍ਰੋਗਰਾਮ ਆ ਸਾਡਾ, ਬਹਿ ਕੇ ਦੇਖਣ ਵਾਲਾ ਆ ਫੈਮਿਲੀ ਦੇ ਵਿੱਚ ਪ੍ਰੋਗਰਾਮ, ਅਸੀਂ ਰੰਗਲਾ ਪੰਜਾਬ ਵੀ ਹੁੰਦੇ ਹਾਂ, ਰੰਗਲਾ ਪੰਜਾਬ ਹਵੇਲੀ ਵੀ ਜਲੰਧਰ ਹੁੰਦੇ ਆ। ਅੱਛਾ ਜੀ, ਹਾਂਜੀ, ਉੱਥੇ ਵੀ ਲਾਈਦਾ ਆ, ਤਾਂ ਆਪਾਂ ਨੂੰ ਤਾਂ ਇਹੀ ਆ ਕਿ ਇੱਦਾਂ ਨਾ ਮਾੜੀ ਨਹੀਂ ਕਹਿਣਾ ਬੰਦਾ ਕੋਈ ਦੇਖੇ, ਇਹ ਸਾਰੀਆਂ ਸਮਝਦੀਆਂ ਧੀਆਂ ਭੈਣਾਂ ਹੀ ਹੁੰਦੀਆਂ ਵੀ, ਇਹ ਘਰ ਦੀਆਂ ਮਜਬੂਰੀਆਂ ਕਰਕੇ ਵਿਚਾਰੀਆਂ ਲੱਗੀਆਂ ਹੁੰਦੀਆਂ, ਨਹੀਂ ਤਾਂ ਕਿਹਦਾ ਦਿਲ ਕਰਦਾ ਇੱਦਾਂ ਲੋਕਾਂ ਕਈਆਂ ਦੇ ਸਾਹਮਣੇ ਭੰਗੜਾ ਪਾਉਣਾ, ਕੋਈ ਸੌਖੀ ਗੱਲ ਨਹੀਂ ਜੀ, ਬਹੁਤ ਔਖੀ ਗੱਲ ਆ। ਤਾਂ ਅੱਜ ਕੱਲ੍ਹ ਜੀ ਦੋ ਬੰਦਿਆਂ ਸਾਹਮਣੇ ਅਸੀਂ ਭੰਗੜਾ ਪਾਉਣਾ ਹੋਵੇ ਤਾਂ ਸੰਗ ਜੀਦਾ ਆ, ਤਾਂ ਉੱਥੇ ਇੰਨੀ ਔਡੀਅੰਸ ਹੁੰਦੀ ਆ, ਹਜ਼ਾਰਾਂ ਬੰਦਾ ਹੁੰਦਾ ਜੀ ਪੈਲਸ ਦੇ ਵਿੱਚ, ਤਾਂ ਉਹਨਾਂ ਸਾਹਮਣੇ ਭੰਗੜਾ ਪਾਉਣਾ, ਸਾਨੂੰ ਕਈ ਕਹਿੰਦੇ ਵੀ ਆ ਤੁਹਾਨੂੰ ਮਤਲਬ ਸ਼ਰਮ ਨਹੀਂ ਆਉਂਦੀ ਸੰਗ ਦੇਣੀ, ਤੁਸੀਂ ਕਿ ਤੁਸੀਂ ਭੰਗੜਾ ਪਾਉਂਦੇ ਆ, ਕਿੱਦਾਂ ਪਾਉਂਦੇ ਆ, ਕਿੱਦਾਂ ਕਰਦੇ ਆ ਤੁਸੀਂ, ਅਸੀਂ ਕਿਹਾ ਰੋਟੀ ਖਾਣੀ ਆ ਜੀ, ਇਹ 'ਚ ਸੰਗ ਕਾਹਦੀ ਆ ਜੀ, ਕਮਾ ਕੇ ਖਾਣੀ ਆ ਜੀ, ਜਿਹੜਾ ਸੰਗ ਗਿਆ ਫਿਰ ਤਾਂ ਨਹੀਂ ਕੰਮ ਹੀ ਨਹੀਂ ਕੋਈ ਕਰ ਸਕਦਾ ਫਿਰ। ਬਿਲਕੁਲ ਬਿਲਕੁਲ, ਹਾਂਜੀ ਉਹ ਤਾਂ। ਇਸ ਤੋਂ ਇਲਾਵਾ ਭਾਜੀ ਕੋਈ ਹੋਰ ਸ਼ੌਂਕ ਮਨੀ ਦਾ ਹੋਵੇ ਭੰਗੜੇ ਤੋਂ ਇਲਾਵਾ? ਬਸ ਇਹੀ ਆ ਜੀ, ਭੰਗੜਾ ਆ, ਇੱਕ ਗੱਡੀ ਆਇਆ ਜੀ, ਗੱਡੀ ਚਲਾ ਲਈ ਦੀ ਆ, ਗੱਡੀ ਨਵੀਂ ਲੈਣੀ ਆ ਜੀ, ਆਹ ਲੈਣੀ ਆ, ਬਸ ਸ਼ੌਂਕ ਇਹ ਆ ਜੀ। ਮਗਰ ਲਾਈਵ ਤੋਂ ਸੰਤੁਸ਼ਟ ਹੋ? ਹਾਂਜੀ ਹਾਂਜੀ, ਬਹੁਤ ਵਧੀਆ। ਕੁਛ ਰਿਹਾ ਤਾਂ ਨਹੀਂ ਕਿ ਆ ਵੀ ਹੋ ਗਿਆ, ਆ ਵੀ ਹੋ ਗਿਆ, ਤੇ ਹੁਣ ਆਹ ਕਰਨਾ ਬਾਕੀ ਆ? ਨਹੀਂ ਨਹੀਂ, ਬਹੁਤ ਵਧੀਆ ਜੀ ਲਾਈਫ ਆਪਣੀ, ਆਪਾਂ ਐਵੇਂ ਕਹਿੰਦੇ ਗਈਏ ਇਸ ਲਾਈਨ ਦੇ ਵਿੱਚੋਂ, ਬਹੁਤ ਕੁਛ ਬਣਾਇਆ ਵੀ ਆ,
ਬਹੁਤ ਕੁਛ ਗਵਾਇਆ ਵੀ ਹੋਇਆ ਆ ਤਾਂ ਵਧੀਆ ਤਰੀਕੇ ਨਾਲ ਰੋਟੀ ਪਾਣੀ ਖਾਂਦੇ ਆ ਜੀ, ਘਰ ਦੇ ਵੀ ਖੁਸ਼ ਆ, ਅਸੀਂ ਵੀ ਖੁਸ਼ ਆ, ਸਾਰੀ ਫੈਮਿਲੀ ਆਪਣੀ ਖੁਸ਼ ਆ ਜੀ। ਅੱਛਾ, ਹਾਂਜੀ। ਤੇ ਜਾਂਦੇ ਜਾਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਕੋਈ ਖਾਸ ਸੁਨੇਹਾ? ਤੇ ਮਿਸਬਿਹੇਵ ਕਰ ਜਾਂਦੇ ਆ ਚਾਹੇ ਮੁੰਡੇ ਨਾਲ ਚਾਹੇ ਕੁੜੀ ਦੇ ਨਾਲ, ਹੈ ਨਾ, ਸੋ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਸਾਨੂੰ ਇਹੀ ਅਸੀਂ ਕਹਾਂਗੇ, ਸੁਨੇਹਾ ਦੇਵਾਂਗੇ ਜੀ, ਸਾਨੂੰ ਉਸ ਨਹੀਂ ਕਹਿਣਾ, ਦੇਖਣਾ ਨਹੀਂ ਚਾਹੀਦਾ ਜੀ ਜਿਸ ਹਿਸਾਬ ਨਾਲ ਲੋਕੀ ਦੇਖਦੇ ਆ ਕੁੜੀਆਂ ਨੂੰ। ਚਲੋ ਮੁੰਡਿਆਂ ਨੂੰ ਤਾਂ ਕੀ ਕਹਿਣਾ ਹੁੰਦਾ ਕਿਸੇ ਨੇ, ਤੁਹਾਨੂੰ ਪਤਾ ਜਿਹੜੇ ਵਿਆਹ 'ਚ ਆਏ ਹੁੰਦੇ ਆ ਸ਼ਰਾਬ ਸ਼ਰੂਬ ਪੀ ਕੇ ਮੁੰਡੇ, ਉਹ ਉਹਨਾਂ ਨੇ ਫਿਰ ਛੇੜਨਾ ਹੁੰਦਾ, ਕੁੜੀਆਂ ਨੂੰ ਛੇੜਦੇ ਵੀ ਆ ਜੀ ਆਪਾਂ, ਚਲੋ ਮੋਹਰੇ ਹੋਈਦਾ, ਪਰ ਇਹ ਆ ਇੱਦਾਂ ਨਾ ਕਰਿਆ ਕਰੋ ਮੇਰਾ ਭਰਾ। ਸਾਰੀਆਂ ਧੀਆਂ ਭੈਣਾਂ ਸਾਂਝੀਆਂ ਹੀ ਹੁੰਦੀਆਂ ਆ, ਇਹੀ ਸਾਡਾ ਸੁਨੇਹਾ ਆ ਕਿ ਸਾਨੂੰ ਇੱਜ਼ਤ ਮਾਣ ਦਿਆ ਕਰੋ ਕਿ ਜਿਹੜਾ ਅਸੀਂ ਗਾਂ ਵੀ ਵਧੀਆ ਤਰੀਕੇ ਨਾਲ ਹੋਰ ਵਧੀਆ ਪ੍ਰੋਗਰਾਮ ਕਰ ਸਕਾਂ। ਓਕੇ, ਥੈਂਕ ਯੂ ਭਾਅ ਜੀ, ਤੁਸੀਂ ਸਾਡੇ ਨਾਲ ਪੋਡਕਾਸਟ ਕੀਤਾ, ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਅਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਮਿਹਰਬਾਨੀ ਭਾਅ ਜੀ ਤੁਹਾਡੀ ਵੀ, ਠੀਕ ਹੈ, ਜਿਹੜਾ ਸਾਡਾ ਤੁਸੀਂ ਇੰਟਰਵਿਊ ਲਿਆ ਜੀ। ਹਾਂਜੀ, ਥੈਂਕ ਯੂ ਭਾਅ ਜੀ। ਸੋ ਦੋਸਤੋ, ਇਹ ਸਾਡੇ ਨਾਲ ਮਨੀ ਹੁੰਦਾ ਚੋਰੀ ਆ, ਜਿਵੇਂ ਕਿ ਮਨੀ ਭਾਈ ਨੇ ਦੱਸਿਆ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਅਤੇ ਖਾਣੇ ਤਾਂ ਅਸੀਂ ਵੀ ਰੋਟੀ ਆ, ਸੋ ਸਾਨੂੰ ਸਾਰਿਆਂ ਦੀਆਂ ਇੱਜ਼ਤ ਕਰਨੀ ਚਾਹੀਦੀ ਆ, ਭੈਣਾਂ ਸਭ ਦੀਆਂ ਸਾਂਝੀਆਂ ਨੇ। ਅਤੇ ਬਹੁਤ ਚੰਗਾ ਲੱਗਿਆ ਬਾਈ ਨਾਲ ਗੱਲਬਾਤ ਕਰਕੇ, ਅਤੇ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਇੱਕ ਨਵੇਂ ਆਰਟਿਸਟ ਨਾਲ ਮੁਲਾਕਾਤ ਕਰਾਵਾਂਗੇ। ਉਦੋਂ ਤੱਕ ਸਾਡੇ ਤੁਸੀਂ ਪੋਡਕਾਸਟ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ, ਅਤੇ ਹਾਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਅਪਡੇਟ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਸੋ ਉਦੋਂ ਤੱਕ ਲਈ ਤੁਹਾਡੇ ਆਪਣੇ ਪ੍ਰੀਤ ਗਰੇਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।